Hello guys, welcome to Lockdown Text Ready YouTube channel. I am Kiran. Today is the topic of memory management. First up जड़ा है memory बारे पढ़ लेने की memory की हिंदी है. Memory की जिस तरह जड़ा या computer है computer दे वे चापा इडिया memory store कर दिया मतलब videos वगैरह computer दे वे च images वगैरह पा save कर दिया. जिस तरह अपना brain है ब्रेन दे विच आपां बहुत सारियां गल्लां नूं याद रखदे हां, कुछ पढ़दे हां उहनूं याद रखदे हां, कुछ देखदे हां उहनूं याद रखदे हां, ते उह सारा काम अपना जिहड़ा ब्रेन आ उही हैंडल कर रिहा हुंदा आ. ब्रेन दे नाल ही जिहड़ा अपना सारा डेटा मतलब अपनी ब्रेन दे विच ही सबकॉन्शियस माइंड ते कॉन्शियस माइंड दे विच ही स्टोर हुंदा आ. इस तरह मैमरी आ कंप्यूटर दे विच मैमरी यूज़ की जाती. मैमरी लई अलग अलग डिवाइसिज यूज़ किए जाते हैं जिन्हां दे विच आपां डेटा जिहड़ा अपना स्टोर करके रखते हाँ, ते उह जिन्नियां भी डिवाइसिज ਹੁੰਦੀਆਂ ਆ ਉਹ ਚਿਪਸ ਉਹਨਾਂ ਦੇ ਵਿੱਚ ਚਿਪਸ ਲੱਗੀਆਂ ਹੋਈਆਂ ਹੁੰਦੀਆਂ, ਛੋਟੀਆਂ ਛੋਟੀਆਂ ਚਿਪਸ ਲੱਗੀਆਂ ਹੋਈਆਂ ਹੁੰਦੀਆਂ ਜਿਨ੍ਹਾਂ ਦੇ ਬੇਸ ਦੇ ਉੱਤੇ ਜਿਹੜਾ ਡੇਟਾ ਹੈ ਸਾਰਾ ਕੰਪਿਊਟਰ ਵਿੱਚ ਸਟੋਰ ਕੀਤਾ ਜਾਂਦਾ ਆ. ਕੰਪਿਊਟਰ ਮੈਮਰੀ ਜਿਹੜੀ ਉਹ ਕਿੰਨੇ ਤਰ੍ਹਾਂ ਦੀ ਹੋ ਸਕਦੀ ਆ? ਸੋ ਮੈਂ ਮੈਮਰੀ ਮੈਨੇਜਮੈਂਟ ਬਾਰੇ ਆਪਾਂ ਜ਼ਿਆਦਾ ਜਿਹੜਾ ਡਿਟੇਲ ਵਿੱਚ ਜਾਈਏ, ਉਸ ਤੋਂ ਪਹਿਲਾਂ ਜਿਹੜਾ ਆਪਣਾ ਜ਼ਿਆਦਾ ਜ਼ਰੂਰੀ ਆ ਉਹ ਜਾਣਨਾ ਆ ਕਿ ਮੈਮਰੀ ਨੂੰ ਆਪਾਂ ਮਈਅਰ ਕਿੱਦਾਂ ਕਰਦੇ ਹਾਂ, ਮੈਮਰੀ ਬਣੀ ਕਿਸ ਤਰ੍ਹਾਂ ਆ. ਸੋ ਉਹਦੇ ਲਈ ਆਪਾਂ ਨੂੰ ਜਾਣਨ ਤੋਂ ਪਹਿਲਾਂ ਆਪਾਂ ਜਿਹੜੀ ਆ ਕੰਪਿਊਟਰ ਦੀ ਲੈਂਗੁਏਜ ਮਤਲਬ ਕਿ ਕੰਪਿਊਟਰ ਲੈਂਗੁਏਜ ਕੀ ਆ. ਹੁਣ ਜਿਸ ਤਰ੍ਹਾਂ ਬ੍ਰੇਨ ਆਪਣਾ ਵਰਕ ਕਰਦਾ ਆ, ਹੁਣ ਬ੍ਰੇਨ ਨੂੰ ਵੀ ਤਾਂ ਇੱਕ ਕੰਪਿਊਟਰ ਕੋਈ ਲੈਂਗੁਏਜ ਚਾਹੀਦੀ ਹੁੰਦੀ. ਆਪਾਂ ਕੋਈ ਲੈਂਗੁਏਜ ਬੋਲਦੇ ਹਾਂ ਤਾਂ ਉਸਦੇ ਬੇਸ 'ਤੇ ਕੁਛ ਯਾਦ ਰੱਖਦੇ ਹਾਂ, ਜਾਂ ਫਿਰ ਕੋਈ ਇਮੇਜਸ ਦੇਖਦੇ ਹਾਂ ਤਾਂ ਉਹਨਾਂ ਨੂੰ ਯਾਦ ਰੱਖਦੇ ਹਾਂ, ਕਿਸੇ ਨੂੰ ਦੇਖਦੇ ਹਾਂ ਤਾਂ ਉਹਨੂੰ ਯਾਦ ਰੱਖਦੇ ਹਾਂ. ਤਾਂ ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਬਾਈਨਰੀ ਲੈਂਗੁਏਜ ਯੂਜ਼ ਕੀਤੀ ਜਾਂਦੀ ਆ. ਸੋ ਜਿਹੜਾ ਕੰਪਿਊਟਰ ਆ ਉਹ ਸਿਰਫ 0 ਅਤੇ 1 ਨੂੰ ਹੀ ਜਾਣਦਾ ਆ. 0 ਐਂਡ 1 ਕੀ ਆ? ਇਹ ਬਾਈਨਰੀ ਨੰਬਰਸ ਆ. ਜਿਸ ਤਰ੍ਹਾਂ ਕੰਪਿਊਟਰ ਦੀ ਲੈਂਗੁਏਜ ਬਾਈਨਰੀ ਲੈਂਗੁਏਜ ਆ, ਇਸੇ ਤਰ੍ਹਾਂ ਇਹਦੇ ਵਿੱਚ ਬਾਈਨਰੀ ਨੰਬਰਸ ਆ ਜਿਹੜੇ 0 ਐਂਡ 1 ਆ. 0 ਮੀਨਸ ਆਫ ਐਂਡ ਔਰ ਫਾਲਸ ਵੀ ਕਹਿ ਸਕਦੇ ਹੋ, 1 ਮੀਨਸ ਔਨ ਔਰ ਟਰੂ ਵੀ ਕਹਿ ਸਕਦੇ ਹੋ. ਇਹ ਜਿਹੜਾ ਹੈ ਇਹਦੇ ਬੇਸ 'ਤੇ ਹੀ ਜਿਹੜਾ ਆਪਣਾ ਕੰਮ ਹੁੰਦਾ. ਕੰਪਿਊਟਰ ਨੂੰ ਹੋਰ ਕੁਛ ਨਹੀਂ ਪਤਾ ਕਿ ਇਹ ਕੀ ਹੁੰਦਾ, ਇਮੇਜਸ ਕੀ ਹੁੰਦੀਆਂ ਜਾਂ ਵੀਡੀਓਜ਼ ਕੀ ਹੁੰਦੀਆਂ. ਕੰਪਿਊਟਰ ਕੁਛ ਨਹੀਂ ਜਾਣਦਾ, ਕੰਪਿਊਟਰ ਸਿਰਫ 0 ਐਂਡ 1 ਨੂੰ ਹੀ ਸਮਝਦਾ ਆ. ਕੰਪਿਊਟਰ ਦੇ ਵਿੱਚ 0 ਐਂਡ 1 ਦੀ ਹੀ ਸਾਰੀ ਕੋਡਿੰਗ ਹੋਈ ਹੁੰਦੀ ਆ. ਜਿਸ ਤਰ੍ਹਾਂ ਦੇਖੋ ਕਿ ਇੱਕ ਮੈਂ ਤੁਹਾਨੂੰ ਪਿਕਚਰ ਦਿਖਾ ਦਿੰਦੀ ਹਾਂ. ਦੇਖੋ ਇਹ ਪਿਕਚਰ ਆ, ਇਹਦੇ ਵਿੱਚ ਕੀ ਆ? ਇੱਕ ਫੇਸ ਬਣਿਆ ਹੋਇਆ. ਇਹ ਫੇਸ ਕਿਸ ਤਰ੍ਹਾਂ ਬਣਿਆ ਆ? ਕੰਪਿਊਟਰ ਦੇ ਵਿੱਚ ਕੋਡਿੰਗ ਕੀਤੀ ਹੋਈ ਆ 0 ਐਂਡ 1 ਦੀ. ਦੇਖੋ 0 ਐਂਡ 1 0 ਐਂਡ 1 ਮਤਲਬ ਇਹਦੀ ਕੋਡਿੰਗ ਹੋਈ ਹੋਈ ਆ. ਹੁਣ ਇਹਦੀ ਕੋਡਿੰਗ ਦੇ ਨਾਲ ਹੀ ਇਹ ਜਿਹੜੀ ਪਿਕਚਰ ਆ ਉਹ ਡਰਾ ਹੋ ਰਹੀ ਆ ਕੰਪਿਊਟਰ ਦੇ ਉੱਤੇ. ਮਤਲਬ ਉਹਨੂੰ ਕੰਪਿਊਟਰ ਨੂੰ ਸਿਰਫ 0 ਐਂਡ 1 ਦਾ ਪਤਾ ਆ ਕਿ ਉਹ 0 ਐਂਡ 1 ਦੇ ਨਾਲ ਹੀ ਵਰਕ ਕਰੇਗਾ ਤਾਂ ਕੋਈ ਇਮੇਜਸ ਕ੍ਰੀਏਟ ਹੋ ਗਈ. ਉਸ ਹਰੇਕ ਜਿਹੜਾ ਆ ਇਮੇਜ ਦੇ ਲਈ ਜਿਹੜਾ ਅਗਰ ਇਹਦਾ ਨੋਜ਼ ਬਣਾਉਣਾ ਆ ਤਾਂ ਨੋਜ਼ ਦੀ ਜਿਹੜੀ ਆ ਉਹ ਅਲੱਗ ਕੋਡਿੰਗ ਹੋਵੇਗੀ. ਜਿਸ ਤਰ੍ਹਾਂ ਮੈਂ ਹੁਣ ਏ ਟਾਈਪ ਕੀਤਾ, ਹੁਣ ਜਿਹੜੀ ਏ ਦੀ ਕੋਡਿੰਗ ਆ ਹੋ ਸਕਦਾ ਉਹਦੇ ਵਿੱਚ ਆਪਣੇ ਕੋਲ ਕੋਈ ਕੋਡਿੰਗ ਮਤਲਬ ਜਿਹੜਾ ਆਪਣਾ 1-0 ਦਾ ਕੋਡ ਆ ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਆ. ਮੰਨ ਲਓ ਆਪਣੇ ਕੋਲ 1-0-1-0-1-0 ਮੰਨ ਲਓ ਇਹ ਕੋਡ ਆ ਏ ਦਾ, ਹੈ ਨਾ? ਕੰਪਿਊਟਰ ਦੇ ਵਿੱਚ ਫੀਡ ਜਦੋਂ ਆਪਾਂ ਕੀਬੋਰਡ ਤੋਂ ਏ ਪ੍ਰੈਸ ਕਰਨੀ ਆ ਤਾਂ ਕੰਪਿਊਟਰ ਨੇ ਇਹ ਕੋਡਿੰਗ ਜਿਹੜੀ ਆ ਦੇਖਣੀ ਆ. ਸਿਰਫ ਕੰਪਿਊਟਰ ਨੇ ਕੋਡਿੰਗ ਦੇਖਣੀ ਆ ਅਤੇ ਆਪਾਂ ਨੂੰ ਡਿਸਪਲੇ ਕਰ ਦੇਣੀ ਏ. ਬਟ ਜਿਹੜਾ ਆਪਾਂ ਨੂੰ ਪਤਾ ਲੱਗਦਾ ਕਿ ਉਹ ਏ ਆ, ਬਟ ਕੰਪਿਊਟਰ ਨੂੰ ਨਹੀਂ ਪਤਾ ਕਿ ਉਹ ਏ ਆ. ਕੰਪਿਊਟਰ ਓਨਲੀ ਅੰਡਰਸਟੈਂਡ 1 ਐਂਡ 0 ਮਤਲਬ 1 ਅਤੇ 0 ਨੂੰ ਹੀ ਕੰਪਿਊਟਰ ਓਨਲੀ ਅੰਡਰਸਟੈਂਡ ਕਰਦਾ ਆ. ਸੋ ਇਹ ਇਮੇਜ ਵੀ 1 ਐਂਡ 0 ਨਾ ਬਣੀ. ਇਸੇ ਤਰ੍ਹਾਂ ਹਰ ਇਮੇਜ ਜਿਹੜੀ ਕੰਪਿਊਟਰ 1 ਐਂਡ 0 ਦੇ ਨਾਲ ਹੀ ਬਣਾਉਂਦਾ ਆ. ਅਤੇ ਜਿਹੜੀ ਹੁਣ ਇਹ 0 ਐਂਡ 1 ਆ ਇਹਨੂੰ ਆਪਾਂ ਕੀ ਕਹਿੰਦੇ ਆ? ਇੱਕ ਜਿਹੜਾ ਡਿਜ਼ਿਟ ਆ ਇਜ਼ ਰੈਫਰ ਟੂ ਐਜ਼ ਬਿੱਟ, ਮਤਲਬ ਕਿ ਇੱਕ ਜਿਹੜਾ ਡਿਜ਼ਿਟ ਆ ਉਹ ਬਿੱਟ ਹੁੰਦਾ ਆ. ਅਤੇ ਬਿੱਟ ਸਟੈਂਡਸ ਫੋਰ ਆਪਾਂ ਕੀ ਕਹਿ ਦਿੰਦੇ ਹਾਂ? ਬਾਈਨਰੀ ਡਿਜ਼ਿਟ. ਠੀਕ ਹੈ, ਬਾਈਨਰੀ ਡਿਜ਼ਿਟ ਕਾਫੀ ਲੈਂਥੀ ਟੋਪਿਕ ਆ ਇਹ, ਅੱਗੇ ਦੀ ਅੱਗੇ ਆਪਾਂ ਸਾਰਾ ਪੜ੍ਹਾਂਗੇ. ਬਾਈਨਰੀ ਨੰਬਰਸ ਦਾ ਵੀ ਕਰਾਂਗੇ. ਠੀਕ ਹੈ, ਫਸਟ ਆਪਾਂ ਬਾਈਨਰੀ ਲੈਂਗੁਏਜ ਪੜ੍ਹੀ ਅੱਜ, ਅਤੇ 0 ਐਂਡ 1 ਦਾ ਵਰਕ ਪੜ੍ਹਿਆ ਕਿ ਬਾਈਨਰੀ ਨੰਬਰ ਕਿਹੜੇ ਹੁੰਦੇ, 0 ਐਂਡ 1. ਸੋ ਨੈਕਸਟ ਆਪਾਂ ਦੇਖਦੇ ਮੈਮਰੀ ਮੈਨੇਜਮੈਂਟ. ਮੈਮਰੀ ਮੈਨੇਜਮੈਂਟ ਦੇ ਵਿੱਚ ਕੀ ਆ? ਮੈਮਰੀ ਮੈਨੇਜਮੈਂਟ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਮੈਮਰੀ ਇੱਥੇ ਮੈਨੇਜ ਕੀਤੀ ਜਾਂਦੀ ਆ, ਕਿ ਕੰਪਿਊਟਰ ਦੇ ਵਿੱਚ ਕੰਟਰੋਲ ਕਿੱਦਾਂ ਕਰਨਾ ਆ. ਹੁਣ ਦੇਖੋ ਬ੍ਰੇਨ ਆ, ਆਪਾਂ ਨੂੰ ਭੁੱਖ ਲੱਗਦੀ ਆ ਤਾਂ ਆਪਣਾ ਬ੍ਰੇਨ ਆਪਾਂ ਨੂੰ ਸਿਗਨਲ ਦਿੰਦਾ ਆ ਕਿ ਭੁੱਖ ਲੱਗੀ ਹੋਈ ਆ ਤਾਂ ਆਪਾਂ ਕੁਛ ਖਾਂਦੇ ਹਾਂ. ਜੇ ਬ੍ਰੇਨ ਸਿਗਨਲ ਨਹੀਂ ਦਊਂਗਾ ਤਾਂ ਆਪਾਂ ਤਾਂ ਕੁਛ ਵੀ ਕਰ ਸਕਦੇ ਹਾਂ, ਬਹੁਤ ਜ਼ਿਆਦਾ ਖਾ ਸਕਦੇ ਹਾਂ ਨਾ. ਉਹ ਆਪਣਾ ਬ੍ਰੇਨ ਹੀ ਸਿਗਨਲ ਦਿੰਦਾ. ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਵੀ ਮੈਮਰੀ ਮੈਨੇਜ ਕਰਨ ਦੇ ਲਈ ਕੁਛ ਪ੍ਰੋਸੈਸ ਯੂਜ਼ ਕੀਤੇ ਜਾਂਦੇ, ਕੁਛ ਟੈਕਨੀਕਸ ਯੂਜ਼ ਕੀਤੀਆਂ ਜਾਂਦੀਆਂ ਆ ਜਿਨ੍ਹਾਂ ਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣੀ ਮੈਮਰੀ
ਵੀ ਫੁੱਲ ਹੋ ਚੁੱਕੀ ਆ ਹੁਣ ਆਪਾਂ ਨੂੰ ਕੁਝ ਹੋਰ ਵਿੱਚ ਇੰਸਟਾਲ ਆਪਾਂ ਨਹੀਂ ਕਰ ਸਕਦੇ ਸੋ ਉਹਨਾਂ ਨੂੰ ਜਿਹੜਾ ਮੈਮਰੀ ਫੁੱਲ ਆ ਜਾਂ ਨਹੀਂ ਉਹਦੇ ਬਾਰੇ ਆਪਾਂ ਕਿੱਦਾਂ ਜਾਣ ਸਕਦੇ ਹਾਂ ਜਦੋਂ ਆਪਣੇ ਕੋਲ ਕੁਝ ਉਹਦੇ ਯੂਨਿਟਸ ਮੇਜਰਮੈਂਟਸ ਹੋਣਗੀਆਂ ਸੋ ਇਹਦੇ ਵਿੱਚ ਕਿਉਂ ਯੂਜ਼ ਕੀਤੀ ਜਾਂਦੀ ਹੈ ਜਦੋਂ ਆਪਾਂ ਬਹੁਤ ਸਾਰੇ ਕੰਮ ਇੱਕੋ ਟਾਈਮ ਦੇ ਉੱਤੇ ਕਰਦੇ ਹਾਂ ਦੈਨ ਮਲਟੀ ਪ੍ਰੋਸੈਸਿੰਗ ਲਈ ਪ੍ਰੋਟੈਕਟਿੰਗ ਲਈ ਰੀਲੋਕੇਟਿੰਗ ਲਈ ਮਤਲਬ ਇੱਕ ਥਾਂ ਤੋਂ ਦੂਸਰੀ ਥਾਂ ਸ਼ੇਅਰਿੰਗ ਦੇ ਲਈ ਔਰਗਨਾਈਜ਼ ਕਰਕੇ ਰੱਖਣ ਦੇ ਲਈ ਡੇਟਾ ਨੂੰ ਹੈ ਨਾ ਇਹ ਸਾਰੀ ਜਿਹੜੀ ਮੈਮਰੀ ਮੈਨੇਜਮੈਂਟ ਦੇ ਕੰਮ ਆ ਜਿਹੜੇ ਆਪਾਂ ਇਹ ਵਨ ਬਾਏ ਵਨ ਆਪਾਂ ਨੈਕਸਟ ਵੀਡੀਓਜ਼ ਦੇ ਵਿੱਚ ਪੜ੍ਹਾਂਗੇ ਇਹਦੇ ਵਿੱਚ ਫਿਲਹਾਲ ਮੈਂ ਤੁਹਾਨੂੰ ਯੂਨਿਟਸ ਐਂਡ ਮਈਅਰਮੈਂਟਸ ਬਾਰੇ ਪੜ੍ਹਾਂਗੇ ਜੋ ਬੇਸਿਕ ਆ ਜੋ ਮੈਮਰੀ ਮੈਨੇਜਮੈਂਟ ਬਾਰੇ ਪਹਿਲਾਂ ਪਤਾ ਹੋਣਾ ਜ਼ਿਆਦਾ ਜ਼ਰੂਰੀ ਆ ਜੇ ਉਹ ਪਤਾ ਤਾਂ ਹੀ ਆਪਾਂ ਅੱਗੇ ਜਿਹੜਾ ਕਰ ਸਕਦੇ ਹਾਂ ਸੋ ਦੇਖੋ ਹੁਣ ਦੇਖ ਲਿਆ ਆਪਾਂ ਕਿ ਵਨ ਐਂਡ ਜ਼ੀਰੋ ਡਿਜ਼ਿਟ ਮਤਲਬ ਇੱਕ ਡਿਜ਼ਿਟ ਹੁੰਦਾ ਆ ਅਤੇ ਡਿਨੋਟ ਕਿਹਦੇ ਨਾਲ ਹੁੰਦਾ ਇਹ ਬਿੱਟ ਸਮਾਲ ਬੀ ਦੇ ਨਾਲ ਹੁਣ ਦੇਖੋ ਫੋਰ ਬਿੱਟ ਦੇ ਵਿੱਚ ਕਿੰਨੇ ਹੁੰਦੇ ਆ ਵਨ ਨਿਬਲ ਹੁੰਦੀ ਆ ਠੀਕ ਹੈ ਇਸੇ ਤਰ੍ਹਾਂ ਆਪਣੇ ਕੋਲ 8 ਬਿੱਟ ਮਤਲਬ 2 ਨਿਬਲ ਹੋ ਗਏ ਆਪਣੇ ਕੋਲ 1 ਨਿਬਲ ਸੀ 4 ਬਿੱਟ ਦੀ ਤਾਂ ਇਸੇ ਤਰ੍ਹਾਂ 2 ਨਿਬਲ ਕਿੰਨੇ 8 ਬਿੱਟ ਦੇ ਹੋ ਗਏ ਠੀਕ ਹੈ 8 ਬਿੱਟ ਦੇ ਵਿੱਚ ਕਿੰਨੀ ਹੁੰਦੀ ਆ 1 ਬਾਈਟ ਹੁੰਦਾ ਅਤੇ ਬਾਈਟ ਆਪਾਂ ਕਿੰਨਾ ਡਿਨੋਟ ਕਰਦੇ ਹਾਂ ਕੈਪੀਟਲ ਬੀ ਦੇ ਨਾਲ ਡਿਨੋਟ ਕਰਦੇ ਹਾਂ ਕਿਉਂਕਿ ਬਾਈਟ ਜਿਹੜਾ ਆ ਉਹ ਵੱਡਾ ਹੋ ਗਿਆ ਹੈ ਨਾ ਬਿੱਟ ਜਿਹੜਾ ਛੋਟਾ ਇਸ ਕਰਕੇ ਉਹਨੂੰ ਆਪਾਂ ਸਮਾਲ ਬੀ ਦੇ ਨਾਲ ਯੂਜ਼ ਕਰਦੇ ਜਿੱਦਾਂ ਦੇਖੋ ਮੈਂ 100K ਵੀ ਲਿਖਿਆ 100K ਸਮਾਲ ਬੀ ਆ ਮਤਲਬ ਕਿ ਇਹ ਕਿਲੋ ਬਿੱਟ ਆ ਠੀਕ ਹੈ ਇਹ 100 ਕਿਲੋ ਬਿੱਟ ਆ ਅਤੇ ਹੁਣ ਲਿਖਿਆ ਆਪਾਂ 100 ਕਿਲੋ ਬਾਈਟ ਮਤਲਬ ਬੀ ਕੈਪੀਟਲ ਆ ਮਤਲਬ 100 ਕਿਲੋ ਬਾਈਟ ਮਤਲਬ ਕਿ ਇਹ ਜਿਹੜਾ ਉੱਪਰਲਾ 100 KB ਉਹਦਾ ਸਾਈਜ਼ ਛੋਟਾ ਆ ਨੈਕਸਟ ਹੈਗਾ 2 raised to power 10 ਕਿਹਦੇ ਇਕੁਅਲ ਆ 1024 ਬਾਈਟ ਦੇ 1024 ਬਾਈਟ ਦੇ ਹੁਣ ਜਦੋਂ ਆਪਣੇ ਕੋਲ 1024 ਜਿਹੜੇ ਬਾਈਟ ਬਣ ਗਏ ਹੁਣ ਉਹਨੂੰ ਆਪਾਂ ਕਿਹ 'ਚ ਕਨਵਰਟ ਕਰ ਦਿੰਦੇ ਹਾਂ 1 ਕਿਲੋ ਬਾਈਟ ਮਤਲਬ 1024 'ਚ ਬਾਈਟ ਕਿੰਨੇ ਬਣ ਗਏ 1 ਕਿਲੋ ਬਾਈਟ ਬਣ ਗਿਆ ਮਤਲਬ 1 KB ਠੀਕ ਹੈ ਨੈਕਸਟ ਹੈਗਾ 1024 ਕਿਲੋ ਬਾਈਟਸ ਉਹਦੇ ਵਿੱਚ ਕਿੰਨੇ ਹੁੰਦੇ 1 MB ਜਿਹਨੂੰ ਆਪਾਂ ਕਹਿ ਦਈਦਾ MB ਕਹਿੰਦੇ ਨਾ ਫੋਨ ਦੀ MB ਇੰਨੀ ਆ ਉੰਨੀ ਆ GB ਆ ਹੈ ਨਾ ਉਹ ਸਾਰਾ ਆਪਣਾ MB GB ਇਹ ਸਾਰਾ ਵਰਕ ਇਹਦੇ ਬੇਸ 'ਤੇ ਹੁੰਦਾ ਆ ਅਤੇ ਜੇ ਆਪਣੇ ਕੋਲ 1024 MB ਆ ਤਾਂ ਉਹ ਕੀ ਬਣ ਜਾਂਦੇ 1 GB ਮਤਲਬ GB ਠੀਕ ਹੈ ਨੈਕਸਟ ਹੈਗਾ 10-24 ਮਤਲਬ ਗੀਗਾਬਾਈਟ ਇਹ ਕਿੰਨੇ ਹੋ ਗਏ ਹੁਣ ਗੀਗਾਬਾਈਟਸ ਦੇ ਵਿੱਚ ਕਿੰਨੇ ਹੋ ਗਏ 1 TB ਜਦੋਂ ਗੀਗਾਬਾਈਟ 1024 ਹੋ ਜਾਂਦੀ ਆ ਦੈਨ ਉਹ ਟੈਰਾਬਾਈਟ ਬਣ ਜਾਂਦਾ ਅਤੇ ਨੈਕਸਟ ਹੈਗਾ ਆਪਣੇ ਕੋਲ 1024 TB ਉਹਦੇ ਵਿੱਚ ਕਿੰਨੇ ਹੋ ਗਏ 1 PB ਜਿਹਨੂੰ ਆਪਾਂ ਕਹਿੰਦੇ PB ਠੀਕ ਹੈ ਨੈਕਸਟ ਹੈਗਾ ਆਪਣੇ ਕੋਲ 1024 PB ਇਹਦੇ ਵਿੱਚ ਕਿੰਨੇ ਹੋ ਗਏ ਆਪਣੇ ਕੋਲ 1 EB ਜਿਹਨੂੰ ਆਪਾਂ ਕਹਿੰਦੇ EB ਨੈਕਸਟ ਹੈਗਾ 1024 EB ਇਹਨੂੰ ਆਪਾਂ ਕੀ ਕਵਾਂਗੇ 1 ZB ਹੁਣ ਜੈਟਾਵਾਈਟ ਮਿਲਾ ਕੇ ਕੀ ਬਣਿਆ ਜੋਟਾਵਾਈਟ ਜੋ ਨੂੰ ਆਪਾਂ ਕਹਿੰਦੇ ਹਾਂ YB ਸੋ ਮੈਂ ਲਾਈਨ ਜਿਹੜੀ ਲਗਾਈ ਹੋਈ ਆ ਇਹ ਇਸ ਲਈ ਲਗਾਈ ਆ ਜਿਹੜੇ ਟੈਰਾਵਾਈਟ ਤੱਕ ਆ ਜਿਹੜੇ ਆਪਣੇ ਕੰਪਿਊਟਰਸ ਦੇ ਮੈਮਰੀ ਜਿਹੜੀ ਆ ਅਵੇਲੇਬਲ ਮਾਰਕੀਟ ਵਿੱਚ ਹੁੰਦੀ ਆ ਅਤੇ ਇਸ ਤੋਂ ਬਾਅਦ ਦੀ ਜਿਹੜੀ ਮੈਮਰੀ ਆ ਉਹ ਸਾਰੀ ਆਪਟੀਮਾਈਜ਼ ਤਾਂ ਹੋਈ ਆ ਬਟ ਅਜੇ ਮਾਰਕੀਟ ਦੇ ਵਿੱਚ ਆਉਣੀ ਸ਼ੁਰੂ ਨਹੀਂ ਹੋਈ ਸੋ ਇਹ ਸੀ ਅੱਜ ਦਾ ਆਪਣਾ ਟੋਪਿਕ ਅਤੇ ਨੈਕਸਟ ਟੋਪਿਕ ਆਪਣਾ ਹੋਵੇਗਾ ਟਾਈਪਸ ਆਫ ਮੈਮਰੀ ਜਾਂ ਫਿਰ ਤੁਸੀਂ ਕਹਿ ਸਕਦੇ ਪ੍ਰਾਇਮਰੀ ਮੈਮਰੀ ਔਰ ਸੈਕੰਡਰੀ ਮੈਮਰੀ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨਾਲ ਹੀ ਬੈਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕਣ ਅਤੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਵੀਡੀਓ ਨੂੰ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ ਥੈਂਕ ਯੂ ਸੋ ਮੱਚ